ਵੀਡੀਓ ਵੇਖ ਰਹੀ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੋ ਅੱਜ ਆਪਾਂ ਪਹੁੰਚੇ ਹਾਂ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਧਮਧਾਨ ਸਾਹਿਬ, ਜੋ ਕਿ ਜੀਂਦ ਹਰਿਆਣਾ ਵਿਖੇ ਹੈ। ਇਸ ਟਾਈਮ ਇੱਕ ਪਾਤਣਾ ਖਨੌਰੀ ਦੇ ਕੋਲ ਧਮਧਾਨ ਸਾਹਿਬ ਹੈ ਗੁਰੂ ਘਰ, ਇੱਕ ਗੁਰਦੁਆਰਾ ਧਮਧਾਨ ਸਾਹਿਬ। ਸੁਣਿਓ, ਜੇ ਕਿਸੇ ਨੇ ਪ੍ਰਤੱਖ ਦੇਖਣਾ ਹੋਵੇ ਨਾ ਰੱਬ ਕਿੱਥੇ ਆ, ਵੀ ਰੱਬ ਦੁਨੀਆਂ ਤੇ ਹੈਗਾ ਵੀ ਕਿ ਨਹੀਂ, ਉਸ ਗੁਰਦੁਆਰੇ 'ਚ ਜਾ ਕੇ ਤੁਸੀਂ ਦੁੱਧ ਜਮਾ ਕੇ ਦਿਖਾ ਦਿਓ, ਮੈਂ ਤੁਹਾਡੀ ਜੁੱਤੀ ਥੱਲੇ ਲੰਘ ਜੂੰਗਾ। ਉੱਥੇ ਦੁੱਧ ਨਹੀਂ ਜੰਮਦਾ। ਵੱਡੇ ਵੱਡੇ ਸਾਇੰਟਿਸਟ ਆ ਗਏ, ਵੱਡੇ ਵੱਡੇ ਵਿਗਿਆਨਿਕਾਂ ਨੇ ਜ਼ੋਰ ਲਾ ਲਿਆ, ਬਾਹਰੋਂ ਦੁੱਧ ਲੈ ਕੇ ਗਏ। ਜਿਹੜੇ ਕਹਿੰਦੇ ਨੇ ਕਰਾਮਾਤ ਨਹੀਂ ਹੁੰਦੀ, ਗੁਰੂਆਂ ਨੇ ਵਿਖਾਈ ਹੋਈ ਨਹੀਂ, ਚਲੋ ਬਾਹਲੀ ਦੂਰ ਤਾਂ ਆਪਾਂ ਨਹੀਂ ਜਾ ਸਕਦੇ, ਧਮਧਾਨ ਸਾਹਿਬ ਜਾ ਸਕਦੇ ਹੋ ਖਨੌਰੀ ਦੇ ਕੋਲ ਧਮਧਾਨ ਸਾਹਿਬ। ਕਿਸੇ ਸਾਇੰਸਦਾਨ ਨੂੰ, ਕਿਸੇ ਡਾਕਟਰ ਨੂੰ ਉੱਥੇ ਫੜ ਕੇ ਲੈ ਜਾਓ, ਉਹਨੂੰ ਕਹੇ ਇੱਥੇ ਦੁੱਧ ਜਮਾ ਦੇ, ਭਾਵੇਂ ਇੱਥੋਂ ਲੈ ਜਾਏ ਡਰਮ ਭਰ ਕੇ, ਠਰੀ ਤੋਂ ਲੈ ਜਾਓ, ਉੱਥੇ ਜਾ ਕੇ ਜਮਾ ਲਾਂਗੇ, ਜੰਮਣਾ ਨਹੀਂ ਸਾਧ। ਇਹ ਜਾਦੂਗਰਾਂ ਦਾ ਤਮਾਸ਼ਾ। ਸਤਿਗੁਰ ਬਚਨ ਤੁਮਾਰੇ ਮੋਹਿ ਨਿਰਗੁਣ, ਇਹ ਸਤਿਗੁਰਾਂ ਦੇ ਬਚਨ ਨੇ, ਜਿੰਨਾ ਚਿਰ ਸੰਸਾਰ ਹੈਗਾ ਉੱਥੇ ਦੁੱਧ ਨਹੀਂ ਜਮਾ ਸਕਦਾ ਧਮਧਾਨ ਸਾਹਿਬ ਦੇ ਵਿੱਚ। ਕਈਆਂ ਨੇ ਕੀਤਾ ਪ੍ਰਗਟੀ ਗੱਲ, ਇਹ ਝੂਠ ਮਾਰਦੇ ਨੇ, ਫਿਰ ਨੱਕ ਹੀ ਰਗੜਦੇ ਫਿਰਦੇ, ਨਹੀਂ ਮਹਾਰਾਜ ਤੂੰ ਠੀਕ ਹੀ ਆਖਿਆ, ਵਰਤ ਰਹੀਆਂ ਨੇ ਵਰਤਦੀਆਂ ਰਹਿਣਗੀਆਂ, ਸਾਡੀ ਹਾਲਤ ਇਹ ਹੈ, ਨਾ ਕੋਈ ਸੇਵਾ ਹੈ, ਨਾ ਕੋਈ ਸਿਮਰਨ ਹੈ, ਨਾ ਤਿਆਗ ਹੈ, ਨਾ ਬਰਾਗ ਹੈ, ਨਾ ਕੋਈ ਜਪ ਹੈ, ਨਾ ਕੋਈ ਤਪ ਹੈ, ਹੁਣ ਆਪਾਂ ਕਿਵੇਂ ਖੇੜਾ ਛਡਾਉਣਾ ਹੈ।